ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਬਲਜੀਤ ਸਿੰਘ ਦਿੱਲੀ ਤੇ ਬਹੁਤ ਬਹੁਤ ਸਵਾਗਤ ਹੈ। ਅੱਜ ਮੈਂ ਤੁਹਾਡੇ ਨਾਲ ਇੱਕ ਹੋਰ ਸਟੋਰੀ ਸ਼ੇਅਰ ਕਰਨ ਜਾ ਰਿਹਾ ਹਾਂ। ਸਟੋਰੀ ਜਿਹੜੀ ਹੈ ਉਹ ਬਾ ਕਮਾਲ ਹੈ। ਜੇ ਇਸ ਸਟੋਰੀ ਨੂੰ ਤੁਸੀਂ ਆਪਣੇ ਜੀਵਨ ਦੇ ਉੱਤੇ ਲਾ ਕੇ ਵੇਖੋਗੇ ਤਾਂ ਮੈਨੂੰ ਲੱਗਦਾ ਹੈ ਕਿ ਆਪਾਂ ਤਰੱਕੀ ਕਰਨ ਵਾਲੇ ਪਾਸੇ ਨੂੰ ਅੱਗੇ ਵੱਧ ਸਕਦੇ ਹਾਂ। ਇਸ ਕਰਕੇ ਇਸ ਵੀਡੀਓ ਨੂੰ ਪੂਰਾ ਵੇਖਿਓ। ਜੇ ਇਹ ਵੀਡੀਓ ਪਸੰਦ ਆਵੇ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹ ਮੈਸੇਜ ਜਿਹੜਾ ਹੈ ਉਹ ਦੂਰ ਦੂਰ ਤੱਕ ਜਾ ਸਕੇ। ਇਸ ਸਟੋਰੀ ਨੂੰ ਸੁਣਾਉਣ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਦੱਸ ਦਿਆਂ, ਇਹ ਕਹਾਣੀ ਕਦੀ ਵਾਪਰੀ ਹੈ ਜਾਂ ਨਹੀਂ ਵਾਪਰੀ ਹੈ ਉਹਦੇ ਨਾਲ ਸਾਡਾ ਲੈਣਾ ਦੇਣਾ ਕੋਈ ਨਹੀਂ ਹੈ। ਬਸ ਇਸ ਸਟੋਰੀ ਦੇ ਵਿੱਚੋਂ ਅਸੀਂ ਕੁਝ ਨਾ ਕੁਝ ਸਿੱਖਣਾ ਹੈ, ਠੀਕ ਹੈ ਜੀ। ਕਹਾਣੀ ਹੈ ਇੱਕ ਉਸ ਬੰਦੇ ਦੀ ਜਿਸ ਨੂੰ ਕੈਂਸਰ ਹੈ। ਡਾਕਟਰਸ ਨੇ ਕਹਿ ਦਿੱਤਾ ਹੈ ਕਿ ਇਸ ਬੰਦੇ ਨੂੰ ਕੈਂਸਰ ਹੈ ਅਤੇ ਇਹਨੇ ਹੁਣ ਕੁਝ ਕੁ ਦਿਨਾਂ ਬਾਅਦ ਮਰ ਜਾਣਾ ਹੈ। ਵੱਧ ਤੋਂ ਵੱਧ ਉਹਦੇ ਕੋਲ 6 ਮਹੀਨੇ ਨੇ ਕਿ ਵੱਧ ਤੋਂ ਵੱਧ ਇਹ ਬੰਦਾ 6 ਮਹੀਨੇ ਕੱਢੇਗਾ ਅਤੇ ਫਿਰ ਇਹਦੀ ਡੈਥ ਹੋ ਜਾਣੀ ਹੈ। ਹੁਣ ਜਿਸ ਬੰਦੇ ਨੂੰ ਕੈਂਸਰ ਹੈ ਨਾ, ਉਹਦੇ ਮਨ ਦੇ ਵਿੱਚ ਇੱਕ ਖਿਆਲ ਆਇਆ, ਉਹ ਕਹਿੰਦਾ ਹੈ ਕਿ ਮੈਨੂੰ ਕੈਂਸਰ ਤਾਂ ਹੈ ਹੀ ਹੈ ਅਤੇ ਮੈਂ ਇੱਕ ਦਿਨ ਮਰ ਵੀ ਜਾਣਾ ਹੈ ਅਤੇ ਮੈਂ ਕਿਉਂ ਨਾ ਕੁਝ ਇਸ ਤਰ੍ਹਾਂ ਦਾ ਕੰਮ ਕਰਾਂ ਕਿ ਜਿਹਦੇ ਨਾਲ ਮੈਨੂੰ ਵੀ ਖੁਸ਼ੀ ਮਿਲੇ ਅਤੇ ਕਿਸੇ ਦਾ ਭਲਾ ਵੀ ਹੋ ਜਾਵੇ, ਕਿਸੇ ਦਾ ਕੁਝ ਚੰਗਾ ਵੀ ਹੋ ਜਾਵੇ। ਉਹਦੇ ਦਿਮਾਗ ਦੇ ਵਿੱਚ ਇੱਕ ਗੱਲ ਆਈ ਕਿ ਮੈਂ ਨਾ ਆਪਣੇ ਦੇਸ਼ ਵਾਸਤੇ ਕੁਝ ਕਰਾਂ। ਹੁਣ ਦੇਸ਼ ਵਾਸਤੇ ਕੁਝ ਕਰਨਾ ਹੈ ਤਾਂ ਕੀ ਕੀਤਾ ਜਾਵੇ? ਉਹਦੇ ਦਿਮਾਗ ਦੇ ਵਿੱਚ ਗੱਲ ਆਈ ਕਿ ਮੈਂ ਨਾ ਆਰਮੀ ਦੇ ਵਿੱਚ ਭਰਤੀ ਹੋ ਜਾਂਦਾ ਹਾਂ। ਵੈਸੇ ਤੁਸੀਂ ਕਹਿ ਸਕਦੇ ਹੋ ਵੀ ਜਿਸ ਬੰਦੇ ਨੂੰ ਕੈਂਸਰ ਹੈ ਉਹਨੂੰ ਆਰਮੀ ਦੇ ਵਿੱਚ ਕਿਉਂ ਭਰਤੀ ਕਰਨਗੇ? ਇਸੇ ਕਰਕੇ ਮੈਂ ਬੇਨਤੀ ਕੀਤੀ ਕਿ ਇਹ ਗੱਲ ਜ਼ਰੂਰੀ ਨਹੀਂ ਹੈ ਕਿ ਇਹ ਕਹਾਣੀ ਕਦੀ ਵਾਪਰੀ ਹੀ ਹੈ, ਇਹ ਬਸ ਸਿੱਖਿਆ ਦੇਣ ਵਾਸਤੇ ਹੈ। ਹੁਣ ਉਸ ਬੰਦੇ ਨੂੰ ਕੈਂਸਰ ਹੈ ਅਤੇ ਉਹ ਕਹਿੰਦਾ ਕਿਉਂ ਨਾ ਮੈਂ ਆਰਮੀ ਦੇ ਵਿੱਚ ਭਰਤੀ ਹੋ ਜਾਵਾਂ, ਮੈਂ ਆਪਣੇ ਦੇਸ਼ ਦੇ ਕੰਮ ਆਵਾਂ। ਚਲੋ ਜੀ, ਉਹ ਆਰਮੀ ਵਾਲਿਆਂ ਦੇ ਕੋਲ ਗਿਆ ਅਤੇ ਆਰਮੀ ਵਾਲਿਆਂ ਨੇ ਉਸ ਨੂੰ ਆਰਮੀ ਦੇ ਵਿੱਚ ਭਰਤੀ ਵੀ ਕਰ ਦਿੱਤਾ। ਹੁਣ ਜਦੋਂ ਉਹ ਭਰਤੀ ਹੋਇਆ ਤਾਂ ਕੁਝ ਕੁ ਦਿਨਾਂ ਬਾਅਦ ਨਾ ਜੰਗ ਲੱਗ ਗਈ। ਹੁਣ ਜਦੋਂ ਉਹਨੂੰ ਬਾਰਡਰ ਦੇ ਉੱਤੇ ਭੇਜਿਆ ਗਿਆ, ਜਿਸ ਬੰਦੇ ਨੂੰ ਕੈਂਸਰ ਹੈ ਉਹਨੂੰ ਜਦੋਂ ਬਾਰਡਰ ਦੇ ਉੱਤੇ ਭੇਜਿਆ ਗਿਆ ਤਾਂ ਹੋਇਆ ਕੀ ਕਿ ਉਹ ਨਾ ਅੱਗੇ ਹੋ ਕੇ ਲੜ ਰਿਹਾ ਸੀਗਾ। ਮਤਲਬ ਬਾਕੀ ਦੇ ਸਿਪਾਹੀਆਂ ਦੇ ਨਾਲੋਂ ਅੱਗੇ ਹੋ ਕੇ ਲੜਦਾ ਪਿਆ ਸੀਗਾ ਅਤੇ ਹੋਇਆ ਕੀ ਕਿ ਜੰਗ ਜਿੱਤੀ ਗਈ ਅਤੇ ਜੰਗ ਜਦੋਂ ਜਿੱਤੀ ਗਈ ਤਾਂ ਸਭ ਤੋਂ ਅਹਿਮ ਰੋਲ ਜਿਹੜਾ ਸੀਗਾ, ਸਭ ਤੋਂ ਵਧੀਆ ਜਿਸ ਨੇ ਆਪਣਾ ਕੰਮ ਕੀਤਾ ਉਹ ਇਹੀ ਬੰਦਾ ਸੀਗਾ ਜਿਸ ਨੂੰ ਕੈਂਸਰ ਸੀਗਾ। ਜਦੋਂ ਜੰਗ ਦੀ ਸਮਾਪਤੀ ਹੁੰਦੀ ਹੈ, ਵੱਡੇ ਵੱਡੇ ਫੌਜ ਦੇ ਅਫਸਰ ਜਿਹੜੇ ਨੇ ਉਹ ਬੈਠੇ ਹੋਏ ਨੇ ਅਤੇ ਉਸ ਬੰਦੇ ਨੂੰ ਸੱਦਿਆ ਜਾਂਦਾ ਹੈ ਜਿਹਨੂੰ ਕੈਂਸਰ ਸੀਗਾ ਅਤੇ ਉਹ ਅੱਗੇ ਹੋ ਕੇ ਲੜਿਆ। ਵੱਡੇ ਵੱਡੇ ਅਫਸਰ ਜਿਹੜੇ ਨੇ ਉਹ ਪੁੱਛਦੇ ਨੇ ਵੀ ਤੂੰ ਨਵਾਂ ਹੈਗਾ ਹੈ, ਤੇਰੇ ਅੰਦਰ ਇਹ ਚੀਜ਼ ਕਿਵੇਂ, ਮਤਲਬ ਤੂੰ ਇੰਨਾ ਅੱਗੇ ਹੋ ਕੇ ਲੜਦਾ ਪਿਆ ਸੀਗਾ, ਤੈਨੂੰ ਡਰ ਨਹੀਂ ਸੀ ਲੱਗਦਾ ਪਿਆ, ਤੂੰ ਮਾੜਾ ਮੋਟਾ ਵੀ ਘਬਰਾਇਆ ਨਹੀਂ? ਉਸ ਬੰਦੇ ਨੇ ਜਵਾਬ ਦਿੱਤਾ, ਉਹ ਕਹਿੰਦਾ ਜੀ ਵੇਖੋ ਮੈਨੂੰ ਹੈਗਾ ਕੈਂਸਰ ਅਤੇ ਮੈਂ ਕੁਝ ਮਹੀਨਿਆਂ ਬਾਅਦ ਮਰ ਜਾਣਾ ਹੈ ਅਤੇ ਮੈਨੂੰ ਇਹ ਪਤਾ ਹੀ ਸੀਗਾ ਕਿ ਮੈਂ ਮਰ ਜਾਣਾ ਹੈ, ਇਸ ਕਰਕੇ ਮੈਂ ਕੀ ਕੀਤਾ, ਮੈਂ ਮੌਤ ਦੀ ਪਰਵਾਹ ਹੀ ਨਹੀਂ ਕੀਤੀ। ਮੈਂ ਕਿਹਾ 6 ਮਹੀਨੇ ਬਾਅਦ ਵੀ ਮਰਨਾ, ਕਿਉਂ ਨਾ ਅੱਜ ਹੀ ਮਰ ਜਾਵਾਂ। ਇਸ ਕਰਕੇ ਮੈਂ ਅੱਗੇ ਹੋ ਕੇ ਲੜਿਆ ਕਿਉਂਕਿ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਸੀਗਾ ਅਤੇ ਕਿਸੇ ਤਰ੍ਹਾਂ ਦੀ ਮੈਨੂੰ ਕੋਈ ਪਰਵਾਹ ਨਹੀਂ ਸੀਗੀ, ਇਸ ਕਰਕੇ ਮੈਂ ਅੱਗੇ ਹੋ ਕੇ ਲੜਿਆ। ਹੁਣ ਜਿਹੜੇ ਵੱਡੇ ਵੱਡੇ ਆਫਿਸਰ ਬੈਠੇ ਸੀ ਨਾ, ਉਹਨਾਂ ਆਫਿਸਰਸ ਨੇ ਸਲਾਹ ਕੀਤੀ ਵੀ ਇਹ ਬੰਦਾ ਬੜਾ ਦਲੇਰ ਹੈ, ਇਹਨੇ ਸਾਨੂੰ ਜੰਗ ਵੀ ਜਿਤਵਾਈ ਹੈ, ਹੁਣ ਇਹ ਮਰਨਾ ਨਹੀਂ ਚਾਹੀਦਾ। ਇਸ ਕਰਕੇ ਕੀ ਕਰੋ ਕਿ ਵੱਡੇ ਵੱਡੇ ਡਾਕਟਰ ਨੇ ਨਾ ਜਿਹੜੇ, ਉਹਨਾਂ ਦੀ ਇੱਕ ਟੀਮ ਤਿਆਰ ਕਰੋ, ਇਸ ਬੰਦੇ ਦਾ ਇਲਾਜ ਕੀਤਾ ਜਾਵੇ, ਇਹਨੂੰ ਕੈਂਸਰ ਜਿਹੜਾ ਹੈ ਇਹਦਾ ਕੈਂਸਰ ਠੀਕ ਕੀਤਾ ਜਾਵੇ। ਉਸੇ ਬੰਦੇ ਨੂੰ ਜਿਹਨੂੰ ਕੈਂਸਰ ਸੀਗਾ ਉਹਨੂੰ ਵੱਡੇ ਵੱਡੇ ਡਾਕਟਰਸ ਦੇ ਕੋਲ ਭੇਜਿਆ ਗਿਆ। ਡਾਕਟਰਸ ਨੇ ਉਹਦਾ ਇਲਾਜ ਕੀਤਾ ਅਤੇ ਹੋਇਆ ਕੀ ਕਿ ਉਹ ਬੰਦਾ ਜਿਹਨੂੰ ਕੈਂਸਰ ਸੀਗਾ ਉਹਦਾ ਕੈਂਸਰ ਪੂਰੀ ਤਰ੍ਹਾਂ ਦੇ ਨਾਲ ਠੀਕ ਹੋ ਗਿਆ, ਉਹ ਬੰਦਾ ਤੰਦਰੁਸਤ ਹੋ ਗਿਆ ਅਤੇ ਡਾਕਟਰਸ ਨੇ ਕਹਿ ਦਿੱਤਾ ਕਿ ਹੁਣ ਇਹ ਬੰਦਾ ਲੰਬੇ ਸਮੇਂ ਤੱਕ ਜੀਏਗਾ, ਇਹ ਛੇਤੀ ਕਿਤੇ ਮਰਦਾ ਨਹੀਂ, ਇਹ ਲੰਬੇ ਸਮੇਂ ਤੱਕ ਜੀਏਗਾ। ਹੁਣ ਜਦੋਂ ਇਹ ਗੱਲ ਉਸ ਬੰਦੇ ਨੂੰ ਪਤਾ ਲੱਗੀ ਜਿਹਨੂੰ ਕੈਂਸਰ ਸੀਗਾ, ਉਹ ਬੜਾ ਖੁਸ਼ ਹੋਇਆ ਕਿ ਹੁਣ ਮੇਰੀ ਮੌਤ ਨਹੀਂ ਹੋਏਗੀ ਕੁਝ ਮਹੀਨਿਆਂ ਦੇ ਬਾਅਦ, ਮੈਂ ਲੰਬੇ ਸਮੇਂ ਤੱਕ ਜੀਵਾਂਗਾ। ਹੋਇਆ ਕੀ ਕਿ ਉਹ ਵਾਪਸ ਆਰਮੀ ਦੇ ਵਿੱਚ ਆਇਆ ਅਤੇ ਕੁਝ ਦਿਨਾਂ ਬਾਅਦ ਹੀ ਨਾ ਦੁਬਾਰਾ ਜੰਗ ਲੱਗ ਗਈ। ਹੁਣ ਉਸ ਬੰਦੇ ਨੂੰ ਕਿਹਾ ਗਿਆ ਜਿਹਨੂੰ ਪਹਿਲਾਂ ਕੈਂਸਰ ਸੀਗਾ, ਉਹਨੂੰ ਕਿਹਾ ਗਿਆ ਵੀ ਦੁਬਾਰਾ ਜੰਗ ਲੱਗੀ ਹੈ ਅਤੇ ਤੈਨੂੰ ਬਣਾਇਆ ਜਾਂਦਾ ਹੁਣ ਟੀਮ ਦਾ ਲੀਡਰ
ਤੂੰ ਅੱਗੇ ਹੋ ਕੇ ਜਿਵੇਂ ਪਿਛਲੀ ਵਾਰ ਲੜਿਆ ਸੀਗਾ ਉਸੇ ਤਰੀਕੇ ਦੇ ਨਾਲ ਹੁਣ ਤੂੰ ਲੜਨਾ। ਉਸ ਬੰਦੇ ਨੇ ਜਵਾਬ ਪਤਾ ਕੀ ਦਿੱਤਾ, ਜਿਹਨੂੰ ਪਹਿਲਾਂ ਕੈਂਸਰ ਸੀਗਾ ਅਤੇ ਹੁਣ ਉਹ ਠੀਕ ਹੋ ਗਿਆ ਸੀਗਾ, ਉਹ ਕਹਿੰਦਾ ਜੀ ਹੁਣ ਨਹੀਂ ਮੈਂ ਜਾਂਦਾ ਜੰਗ ਦੇ ਉੱਤੇ, ਹੁਣ ਨਹੀਂ ਮੈਂ ਜਾਂਦਾ ਲੜਨ ਵਾਸਤੇ, ਕਿਉਂਕਿ ਹੁਣ ਤਾਂ ਮੈਂ ਠੀਕ ਹੋ ਗਿਆ ਵਾਂ, ਪਹਿਲਾਂ ਮੈਨੂੰ ਸੀਗਾ ਕਿ ਮੈਂ ਮਰ ਜਾਣਾ ਹੈਗਾ, ਇਸ ਕਰਕੇ ਮੈਂ ਜੰਗ ਲੜਨ ਵਾਸਤੇ ਚਲਿਆ ਗਿਆ ਸੀਗਾ। ਮੈਂ ਸੋਚਦਾ ਸੀ ਵੀ 6 ਮਹੀਨੇ ਬਾਅਦ ਵੀ ਤਾਂ ਮਰਨਾ ਹੀ ਹੈ ਅਤੇ ਅੱਜ ਮਰ ਜਾਵਾਂਗਾ, ਪਰ ਹੁਣ ਤਾਂ ਮੈਂ ਤੰਦਰੁਸਤ ਹਾਂ, ਹੁਣ ਤਾਂ ਮੈਂ ਫਿੱਟ ਹਾਂ, ਮੈਂ ਆਰਮੀ ਵੀ ਛੱਡਣ ਲੱਗਾ ਵਾਂ, ਮੈਨੂੰ ਕੋਈ ਲੈਣਾ ਦੇਣਾ ਨਹੀਂ ਇਸ ਦੇਸ਼ ਦੇ ਨਾਲ, ਮੈਨੂੰ ਕੋਈ ਲੈਣਾ ਦੇਣਾ ਨਹੀਂ ਆਰਮੀ ਦੇ ਨਾਲ, ਮੈਂ ਤਾਂ ਜਾਣ ਲੱਗਾ ਵਾਂ ਆਪਣੇ ਘਰ, ਮੈਂ ਆਰਮੀ ਨੂੰ ਛੱਡਣ ਲੱਗਾ ਹਾਂ। ਉਸ ਬੰਦੇ ਨੇ ਆਰਮੀ ਨੂੰ ਛੱਡਿਆ, ਆਪਣੇ ਘਰ ਆ ਗਿਆ, ਚੁੱਪ ਕਰਕੇ ਆ ਕੇ ਆਪਣੇ ਘਰ ਬਹਿ ਗਿਆ। ਜਿਹੜੇ ਆਫੀਸਰਸ ਨੇ ਬੜੀਆਂ ਤਰੀਫਾਂ ਕੀਤੀਆਂ ਸੀ ਨਾ ਉਸ ਬੰਦੇ ਦੀਆਂ, ਵੀ ਇਹ ਬੜਾ ਵਧੀਆ ਪਹਿਲਾਂ ਜੰਗ ਦੇ ਵਿੱਚ ਲੜਿਆ ਹੈ, ਉਹੀ ਬੰਦੇ ਉਹਦੇ ਬਾਰੇ ਦੇ ਵਿੱਚ ਕਹਿ ਰਹੇ ਸੀਗੇ ਕਿ ਇਹ ਬੰਦਾ ਤਾਂ ਗਦਾਰ ਨਿਕਲਿਆ, ਇਹ ਬੰਦਾ ਤਾਂ ਕਿਸੇ ਕੰਮ ਦਾ ਨਹੀਂ ਹੈ, ਇਹ ਬੰਦਾ ਤਾਂ ਨਿਕੰਮਾ ਹੈ। ਜਿਨ੍ਹਾਂ ਨੇ ਪਹਿਲਾਂ ਤਰੀਫਾਂ ਕੀਤੀਆਂ ਸੀਗੀਆਂ ਅੱਜ ਉਹੀ ਬੰਦੇ ਉਹਨੂੰ ਨਿਕੰਮਾ ਕਹਿ ਰਹੇ ਸੀ। ਕਿਉਂ? ਕਿਉਂਕਿ ਉਹਨੇ ਹੁਣ ਰਿਸਕ ਨਹੀਂ ਲਿਆ, ਪਹਿਲਾਂ ਉਹਨੇ ਰਿਸਕ ਲਿਆ ਸੀਗਾ, ਰਿਸਕ ਲੈ ਕੇ ਉਹ ਅੱਗੇ ਲੜਨ ਵਾਸਤੇ ਚਲਿਆ ਗਿਆ ਸੀਗਾ, ਪਰ ਅੱਜ ਉਹ ਤੰਦਰੁਸਤ ਹੈ ਪਰ ਰਿਸਕ ਲੈਣ ਵਾਸਤੇ ਤਿਆਰ ਨਹੀਂ ਹੈ। ਪਤਾ ਕਿਉਂ? ਕਿਉਂਕਿ ਅੱਜ ਉਹ ਬੰਦਾ ਕੰਫਰਟ ਜ਼ੋਨ ਦੇ ਵਿੱਚ ਆ ਗਿਆ ਹੈ, ਕੰਫਰਟ ਜ਼ੋਨ ਦੇ ਵਿੱਚ ਜਿੱਥੇ ਉਹਨੂੰ ਪਤਾ ਹੈ ਕਿ ਹੁਣ ਮੇਰੀ ਮੌਤ ਛੇਤੀ ਕਿਤੇ ਨਹੀਂ ਹੋਣੀ, ਹੁਣ ਉਹ ਆਰਾਮ ਦੀ ਜ਼ਿੰਦਗੀ ਜਿਹੜੀ ਹੈ ਉਹ ਬਤੀਤ ਕਰ ਰਿਹਾ ਹੈ। ਹੁਣ ਇਸ ਸਟੋਰੀ ਤੋਂ ਅਸੀਂ ਕੀ ਸਿੱਖਣਾ ਹੈ? ਵੇਖੋ, ਆਮ ਇਹ ਚੀਜ਼ਾਂ ਸਾਡੀ ਜ਼ਿੰਦਗੀ ਦੇ ਅੰਦਰ ਵੀ ਵਾਪਰਦੀਆਂ ਨੇ ਕਿ ਜਦੋਂ ਸਾਡੇ ਕੋਲ ਕੁਝ ਵੀ ਨਹੀਂ ਨਾ ਹੁੰਦਾ, ਅਸੀਂ ਬਹੁਤ ਗਰੀਬ ਹੁੰਦੇ ਹਾਂ, ਸਾਡੇ ਕੋਲ ਬਹੁਤਾ ਧਨ ਨਹੀਂ ਹੈਗਾ, ਉਦੋਂ ਕੀ ਹੁੰਦਾ? ਅਸੀਂ ਆਪਣੇ ਜੀਵਨ ਦੇ ਵਿੱਚ ਰਿਸਕ ਲੈਂਦੇ ਹਾਂ। ਜਿਹੜਾ ਬੰਦਾ ਕਾਮਯਾਬ ਹੋਣਾ ਚਾਹੁੰਦਾ ਹੈ ਨਾ, ਉਹ ਆਪਣੇ ਜੀਵਨ ਦੇ ਵਿੱਚ ਰਿਸਕ ਲੈਂਦਾ ਹੈ ਅਤੇ ਰਿਸਕ ਲੈਣ ਦੇ ਕਰਕੇ ਉਹ ਕਾਮਯਾਬ ਵੀ ਹੋ ਜਾਂਦਾ ਹੈ। ਤੁਸੀਂ ਵੇਖੋ, ਜਿਹੜੇ ਬੰਦੇ ਰਿਸਕ ਲੈਂਦੇ ਨੇ ਨਾ, ਜਾਂ ਤਾਂ ਉਹ ਕਾਮਯਾਬ ਹੋ ਜਾਣਗੇ ਅਤੇ ਜਾਂ ਉਹ ਫੇਲ ਹੋ ਜਾਣਗੇ, ਪਰ ਜਿਹੜਾ ਰਿਸਕ ਲਏਗਾ ਕਾਮਯਾਬ ਵੀ ਉਹੀ ਹੋਏਗਾ। ਜਿਹੜਾ ਬੰਦਾ ਰਿਸਕ ਹੀ ਨਹੀਂ ਲੈਂਦਾ ਉਹ ਕਦੀ ਕਾਮਯਾਬ ਵੀ ਨਹੀਂ ਹੋ ਸਕਦਾ। ਕਿਉਂ? ਕਿਉਂਕਿ ਉਹਨੇ ਰਿਸਕ ਹੀ ਨਹੀਂ ਲਿਆ। ਰਿਸਕ ਲੈਣਾ ਬਹੁਤ ਜ਼ਰੂਰੀ ਹੈ ਜੇ ਬੰਦਾ ਕਾਮਯਾਬ ਹੋਣਾ ਚਾਹੁੰਦਾ ਹੈ। ਹੁਣ ਬੰਦੇ ਕੋਲ ਧਨ ਥੋੜ੍ਹਾ, ਪੈਸਾ ਥੋੜ੍ਹਾ, ਬੰਦਾ ਕਹਿੰਦਾ ਮੈਂ ਰਿਸਕ ਲਵਾਂਗਾ, ਹੋ ਸਕਦਾ ਮੈਂ ਅਮੀਰ ਹੋ ਜਾਵਾਂ, ਮੇਰੇ ਕੋਲ ਧਨ ਆ ਜਾਵੇ, ਹਜੇ ਤਾਂ ਬਸ ਮੇਰਾ ਗੁਜ਼ਾਰਾ ਹੀ ਚੱਲਦਾ ਪਿਆ ਮਾੜਾ ਮੋਟਾ, ਵੀ ਜਿੰਨਾ ਮੈਂ ਕਮਾਉਂਦਾ ਹਾਂ ਉਹਨਾਂ ਮੈਂ ਇੱਕ ਦਿਨ ਦੇ ਵਿੱਚ ਖਰਚ ਦਿੰਦਾ ਹਾਂ, ਅਤੇ ਕਿਉਂ ਨਾ ਮੈਂ ਰਿਸਕ ਲੈ ਕੇ ਵੇਖਾਂ। ਜਦੋਂ ਬੰਦੇ ਦੇ ਕੋਲ ਮਾੜਾ ਮੋਟਾ ਧਨ ਹੁੰਦਾ ਨਾ, ਮਾੜਾ ਮੋਟਾ ਪੈਸਾ ਹੁੰਦਾ ਅਤੇ ਬੰਦਾ ਕਾਮਯਾਬ ਹੋਣਾ ਚਾਹੁੰਦਾ ਹੋਵੇ, ਉਦੋਂ ਉਹ ਲੈਂਦਾ ਹੈ ਆਪਣੇ ਜੀਵਨ ਦੇ ਵਿੱਚ ਰਿਸਕ ਲੈਂਦਾ ਹੈ, ਅਤੇ ਉਹਦੇ ਕਰਕੇ ਇੱਕ ਦਿਨ ਉਹ ਕਾਮਯਾਬ ਵੀ ਹੋ ਜਾਂਦਾ ਹੈ। ਪਰ ਜਦੋਂ ਉਸੇ ਬੰਦੇ ਦੇ ਕੋਲ ਥੋੜ੍ਹਾ ਜਿਹਾ ਪੈਸਾ ਆ ਜਾਵੇ ਨਾ, ਥੋੜ੍ਹਾ ਜਿਹਾ ਧਨ ਆ ਜਾਵੇ, ਤਾਂ ਹੁੰਦਾ ਕੀ ਹੈ, ਉਹ ਬੰਦਾ ਰਿਸਕ ਲੈਣੇ ਬੰਦ ਕਰ ਦਿੰਦਾ ਹੈ। ਰਿਸਕ ਲੈਣੇ ਬੰਦ ਕਰ ਦਿੱਤੇ, ਉਹ ਕਹਿੰਦਾ ਵੀ ਹੁਣ ਜਿੰਨੀ ਕੁ ਮੈਂ ਸੇਵਿੰਗ ਕਰ ਲਈ ਹੈ, ਜਿੰਨਾ ਕੁ ਮੇਰੇ ਕੋਲ 1,00,000, 2,00,000, 5,00,000 ਇਕੱਠਾ ਹੋ ਗਿਆ ਹੈ, ਹੁਣ ਮੈਂ ਰਿਸਕ ਕਿਉਂ ਲਵਾਂ? ਜੇ ਮੈਂ ਰਿਸਕ ਲਿਆ ਤਾਂ ਮੇਰਾ ਕਿਤੇ ਆਹ ਜਿਹੜਾ ਧਨ ਮੈਂ ਇਕੱਠਾ ਕੀਤਾ ਹੋਇਆ ਇਹ ਵੀ ਨਾ ਮੇਰੇ ਕੋਲੋਂ ਗਵਾਚ ਜਾਵੇ। ਜੇ ਮੈਂ ਅਗਾਂਹ ਵਧਣਾ ਹੈ ਤਾਂ ਮੈਂ ਇਸ ਪੈਸੇ ਨੂੰ ਮੈਂ ਇੱਥੇ ਨਹੀਂ ਲਾ ਸਕਦਾ, ਠੀਕ ਹੈ ਨਾ, ਇਹ ਵੀ ਗਵਾਚ ਗਿਆ ਅਤੇ ਅੱਗਿਓਂ ਵੀ ਹੋਰ ਨਾ ਆਇਆ ਤਾਂ ਮੇਰਾ ਕੀ ਬਣੇਗਾ? ਇਸ ਸਟੇਜ ਦੇ ਉੱਤੇ ਜਾ ਕੇ ਬੰਦਾ ਰਿਸਕ ਲੈਣੇ ਬੰਦ ਕਰ ਦਿੰਦਾ ਹੈ। ਅਤੇ ਸੱਚ ਕਰਕੇ ਜਾਣਿਓ, ਜਿੱਥੇ ਬੰਦੇ ਨੇ ਰਿਸਕ ਲੈਣਾ ਬੰਦ ਕੀਤਾ ਹੈ ਨਾ ਆਪਣੇ ਜੀਵਨ ਦੇ ਵਿੱਚ, ਉੱਥੇ ਬੰਦਾ ਅੱਗੇ ਨਹੀਂ ਵੱਧ ਸਕਿਆ। ਬਹੁਤ ਬਿਜ਼ਨਸਮੈਨ ਐਸੇ ਨੇ ਜਿਨ੍ਹਾਂ ਨੇ ਬਹੁਤ ਥੋੜ੍ਹੇ ਪੈਸਿਆਂ ਤੋਂ ਸ਼ੁਰੂ ਕੀਤਾ ਸੀਗਾ ਅਤੇ ਅੱਜ ਉਹ ਅਰਬਾਂਪਤੀ ਹੋ ਚੁੱਕੇ ਨੇ। ਪਰ ਕਈ ਐਸੇ ਨੇ ਕਿ ਜਿਨ੍ਹਾਂ ਨੇ ਸ਼ੁਰੂ ਤਾਂ ਬਹੁਤ ਥੋੜ੍ਹੇ ਪੈਸੇ ਤੋਂ ਹੀ ਕੀਤਾ ਸੀਗਾ, ਪਰ ਅੱਜ ਵੀ ਉਹ ਕੋਈ ਬਹੁਤੇ ਅਮੀਰ ਨਹੀਂ ਹੋ ਸਕੇ। ਜਿਵੇਂ ਅਸੀਂ ਆਮ ਆਪਣੇ ਮੁਹੱਲਿਆਂ ਦੇ ਵਿੱਚ ਦੁਕਾਨਦਾਰ ਵੇਖਦੇ ਹਾਂ, ਜਿਹੜੀ ਦੁਕਾਨ 20 ਸਾਲ ਪਹਿਲਾਂ ਉਹਨਾਂ ਦੇ ਕੋਲ ਸੀ ਅੱਜ ਵੀ ਉਹ ਉੱਥੇ ਦੇ ਉੱਥੇ ਹੀ ਨੇ। ਅਤੇ ਕਈ ਬੰਦੇ ਐਸੇ ਸੀਗੇ ਕਿ ਜਿਹੜੇ ਨਾ ਇੱਕ ਠੇਲਾ ਲਾਉਂਦੇ ਸੀ, ਠੇਲਾ ਲਾਉਂਦੇ ਸੀਗੇ। ਮੈਂ ਪੂਨੇ ਦੇ ਵਿੱਚ ਵੇਖਿਆ ਸੀਗਾ, ਉੱਥੇ ਮੈਨੂੰ ਵੀਰ ਦੱਸਣ ਕਿ ਇੱਕ ਭਾਈ ਹੈ ਇੱਥੇ ਜਿਹੜਾ ਨਾ ਇੱਕ ਠੇਲਾ ਲਾਇਆ ਕਰਦਾ ਸੀ ਜਦੋਂ ਅਸੀਂ ਸਕੂਲ ਪੜ੍ਹਦੇ ਸੀਗੇ, ਉਹ ਵੀਰ ਮੈਨੂੰ ਦੱਸ ਰਹੇ ਸੀਗੇ। ਅਤੇ ਅੱਜ ਦੇ ਸਮੇਂ ਦੇ ਵਿੱਚ ਉਸ ਭਾਈ ਦੀਆਂ ਕਈ ਦੁਕਾਨਾਂ ਨੇ ਬੇਲਪੁਰੀ ਦੀਆਂ, ਮਤਲਬ ਕਿਸੇ ਵੇਲੇ ਉਹ ਬੇਲਪੁਰੀ ਦੀ ਰੇਹੜੀ ਲਾਉਂਦਾ ਹੁੰਦਾ ਸੀਗਾ ਅਤੇ ਅੱਜ ਉਹਦੀਆਂ ਕਈ ਦੁਕਾਨਾਂ ਨੇ ਬੇਲਪੁਰੀ ਦੀਆਂ ਵੱਖ ਵੱਖ ਜਗ੍ਹਾਵਾਂ ਦੇ ਉੱਤੇ। ਮਤਲਬ ਵੇਖੋ, ਰਿਸਕ ਲਿਆ ਨਾ ਉਸ ਬੰਦੇ ਨੇ,
ਜੇ ਉਹ ਬੰਦਾ ਰਿਸਕ ਨਾ ਲੈਂਦਾ ਤਾਂ ਸਾਰੀ ਜ਼ਿੰਦਗੀ ਉਹ ਰੇੜੀ 'ਤੇ ਹੀ ਖੜ ਜਾਂਦਾ, ਪਰ ਉਸ ਬੰਦੇ ਨੇ ਰਿਸਕ ਲਿਆ, ਰਿਸਕ ਲੈਣ ਕਰਕੇ ਇੰਨੀਆਂ ਦੁਕਾਨਾਂ ਬਣਾ ਲਈਆਂ। ਤੁਸੀਂ ਗੌਰ ਕਰਿਓ, ਜਦੋਂ ਵੀ ਅਸੀਂ ਕਾਮਯਾਬ ਹੁੰਦੇ ਹਾਂ ਨਾ, ਉਹਦੇ ਪਿੱਛੇ ਇੱਕੋ ਚੀਜ਼ ਹੁੰਦੀ ਹੈ ਕਿ ਅਸੀਂ ਰਿਸਕ ਲੈਂਦੇ ਹਾਂ। ਵੈਸੇ ਇੱਕ ਵਿਦਵਾਨ ਨੇ ਇਹ ਗੱਲ ਲਿਖੀ ਹੈ, ਉਹ ਕਹਿੰਦਾ ਰਿਸਕ ਨਾ ਲੈਣਾ ਸਭ ਤੋਂ ਵੱਡਾ ਰਿਸਕ ਹੈਗਾ। ਜਿਹੜਾ ਬੰਦਾ ਰਿਸਕ ਨਹੀਂ ਨਾ ਲੈਂਦਾ, ਇਹਦਾ ਮਤਲਬ ਉਹ ਸਭ ਤੋਂ ਵੱਡਾ ਰਿਸਕ ਲੈ ਰਿਹਾ ਆਪਣੇ ਜੀਵਨ ਦੇ ਵਿੱਚ। ਕਿਉਂ? ਕਿਉਂਕਿ ਉਹ ਬਰਬਾਦੀ ਵਾਲੇ ਪਾਸੇ ਨੂੰ ਵਧੇਗਾ। ਹੁਣ ਜੇ ਤਾਂ ਰਿਸਕ ਲੈ ਲੈਂਦਾ, ਹੋ ਸਕਦਾ ਉਹ ਕਾਮਯਾਬ ਹੋ ਜਾਂਦਾ, ਪਰ ਉਹਨੇ ਰਿਸਕ ਹੀ ਨਹੀਂ ਲਿਆ। ਇਹ ਸਭ ਤੋਂ ਵੱਡਾ ਰਿਸਕ ਹੈ, ਹੁਣ ਉਹ ਬਰਬਾਦੀ ਵਾਲੇ ਪਾਸੇ ਨੂੰ ਜਾਏਗਾ, ਹੁਣ ਉਹ ਨਿਵਾਨਤਾ ਵਾਲੇ ਪਾਸੇ ਨੂੰ ਜਾਏਗਾ। ਇਸ ਕਰਕੇ ਜ਼ਿੰਦਗੀ ਵਿੱਚ ਰਿਸਕ ਲੈਣਾ ਬੜਾ ਜ਼ਰੂਰੀ ਹੈ, ਭਾਵੇਂ ਗੱਲ ਹੋਵੇ ਸਾਡੀ ਨੌਕਰੀ ਦੀ, ਗੱਲ ਹੋਵੇ ਸਾਡੇ ਬਿਜ਼ਨਸ ਦੀ, ਗੱਲ ਹੋਵੇ ਸਾਡੇ ਅੰਦਰਲੇ ਜੀਵਨ ਦੀ। ਜੇ ਸਾਨੂੰ ਸਾਡੇ ਸਾਹਮਣੇ ਕੁਝ ਚੰਗਾ ਨਜ਼ਰ ਆ ਰਿਹਾ ਹੈ ਨਾ, ਤਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਭੈੜੀ ਮੱਤ ਨੂੰ ਛੱਡ ਕੇ ਉਹਨੂੰ ਇੱਕ ਵਾਰੀ ਅਪਣਾ ਕੇ ਤਾਂ ਵੇਖੀਏ, ਇੱਕ ਵਾਰੀ ਰਿਸਕ ਲੈ ਕੇ ਤਾਂ ਵੇਖੀਏ। ਹੋ ਸਕਦਾ ਹੈ ਅਸੀਂ ਮਾਨਸਿਕ ਪੱਧਰ ਦੇ ਉੱਤੇ ਤਰੱਕੀ ਕਰ ਜਾਈਏ, ਪਰ ਜਿਸ ਬੰਦੇ ਨੂੰ ਮਾਣ ਹੋਏਗਾ, ਨਹੀਂ ਮੇਰੇ ਕੋਲ ਤਾਂ ਹੈਗਾ ਸਭ ਕੁਝ, ਮੈਨੂੰ ਕੀ ਲੋੜ ਹੈ ਹੋਰ ਗਿਆਨ ਲੈਣ ਦੀ, ਮੈਨੂੰ ਕੀ ਲੋੜ ਹੈ ਤਰੱਕੀ ਕਰਨ ਦੀ। ਉਹਦੇ ਸਾਹਮਣੇ ਭਾਵੇਂ ਤੁਸੀਂ ਜਿੰਨਾ ਮਰਜ਼ੀ ਕੁਝ ਰੱਖ ਦਿਓ, ਉਹ ਉਸ ਵਿਚਾਰ ਨੂੰ ਐਕਸੈਪਟ ਕਰਨ ਵਾਸਤੇ ਤਿਆਰ ਨਹੀਂ ਹੁੰਦਾ, ਰਿਸਕ ਲੈਣ ਵਾਸਤੇ ਤਿਆਰ ਨਹੀਂ ਹੁੰਦਾ। ਇਸ ਕਰਕੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਮਾਨਸਿਕ ਤੌਰ ਦੇ ਉੱਤੇ ਵੀ ਤਰੱਕੀ ਨਹੀਂ ਕਰ ਸਕਦਾ, ਅਤੇ ਬਾਹਰਲੇ ਤੌਰ ਦੇ ਉੱਤੇ ਧਨ ਪੱਖੋਂ ਵੀ ਉਹ ਤਰੱਕੀ ਨਹੀਂ ਕਰ ਸਕਦਾ। ਜੇ ਬੰਦਾ ਮਾਨਸਿਕ ਤੌਰ ਦੇ ਉੱਤੇ ਜਾਂ ਬਾਹਰਲੇ ਤੌਰ ਦੇ ਉੱਤੇ ਤਰੱਕੀ ਕਰਨੀ ਚਾਹੁੰਦਾ ਹੈ, ਤਾਂ ਬੰਦੇ ਨੂੰ ਚਾਹੀਦਾ ਹੈ ਕਿ ਉਹ ਰਿਸਕ ਲਵੇ। ਰਿਸਕ ਲਵੇਗਾ ਤਾਂ ਤਰੱਕੀ ਹੋਏਗੀ, ਜੇ ਰਿਸਕ ਨਹੀਂ ਲਵੇਗਾ ਤਾਂ ਤਰੱਕੀ ਨਹੀਂ ਹੋਣੀ। ਇਹ ਕਹਾਣੀ ਜਿਹੜੀ ਹੈ ਨਾ, ਉਹ ਸਾਨੂੰ ਇਹੀ ਸਿੱਖਿਆ ਦਿੰਦੀ ਹੈ ਕਿ ਜਦੋਂ ਤੱਕ ਉਸ ਬੰਦੇ ਨੂੰ ਕੈਂਸਰ ਸੀਗਾ, ਉਹਨੇ ਰਿਸਕ ਲਿਆ ਅਤੇ ਤਰੱਕੀ ਹੋਈ, ਉਹਦੀ ਜੰਗ ਜਿੱਤੀ, ਉਹਨੇ ਵਡਿਆਈ ਉਹਨੂੰ ਮਿਲੀ। ਪਰ ਜਦੋਂ ਉਹ ਠੀਕ ਠਾਕ ਹੋ ਗਿਆ, ਉਹਦੀ ਸਿਹਤ ਚੰਗੀ ਹੋ ਗਈ, ਉਹਨੇ ਰਿਸਕ ਲੈਣ ਤੋਂ ਮਨਾਹੀ ਕਰ ਦਿੱਤੀ, ਅਤੇ ਹੋਇਆ ਕੀ ਕਿ ਉਹਨੂੰ ਲਾਹਨਤਾਂ ਹੀ ਪਈਆਂ, ਉਹਨੂੰ ਗਦਾਰ ਹੀ ਕਿਹਾ ਗਿਆ, ਉਹਦੀ ਕੋਈ ਵਡਿਆਈ ਨਹੀਂ ਹੋਈ। ਇਸ ਕਰਕੇ ਇਹ ਚੀਜ਼ ਸਾਡੇ ਨਾਲ ਵੀ ਕਈ ਵਾਰ ਵਾਪਰ ਜਾਂਦੀ ਹੈ ਕਿ ਜਦੋਂ ਸਾਡੇ ਕੋਲ ਵੀ ਕੁਝ ਆ ਜਾਂਦਾ ਹੈ ਨਾ ਥੋੜ੍ਹਾ ਬਹੁਤ, ਅਸੀਂ ਵੀ ਰਿਸਕ ਲੈਣਾ ਬੰਦ ਕਰ ਦਿੰਦੇ ਹਾਂ, ਕੰਫਰਟ ਜ਼ੋਨ ਦੇ ਵਿੱਚ ਚਲੇ ਜਾਂਦੇ ਹਾਂ। ਜਦੋਂ ਅਸੀਂ ਕੰਫਰਟ ਜ਼ੋਨ ਦੇ ਵਿੱਚ ਚਲੇ ਜਾਂਦੇ ਹਾਂ, ਉਦੋਂ ਅਸੀਂ ਆਪਣੇ ਆਪ ਨੂੰ ਨਿਵਾਨਤਾ ਵਾਲੇ ਪਾਸੇ ਨੂੰ ਲੈ ਜਾਂਦੇ ਹਾਂ। ਇਸ ਕਰਕੇ ਆਓ ਰਿਸਕ ਲੈਣ ਵਾਲੇ ਪਾਸੇ ਨੂੰ ਤੁਰੀਏ, ਰਿਸਕ ਲਵਾਂਗੇ ਤਾਂ ਤਰੱਕੀ ਵਾਲੇ ਪਾਸੇ ਨੂੰ ਵੱਧ ਸਕਦੇ ਹਾਂ, ਅਤੇ ਜੇ ਰਿਸਕ ਹੀ ਨਾ ਲਿਆ ਤਾਂ ਇਹ ਤਾਂ ਸਭ ਤੋਂ ਵੱਡਾ ਰਿਸਕ ਹੋਏਗਾ। ਕਿਉਂ? ਕਿਉਂਕਿ ਅਸੀਂ ਆਪਣੇ ਆਪ ਦੀ ਬਰਬਾਦੀ ਵਾਲੇ ਪਾਸੇ ਨੂੰ ਆਪ ਹੀ ਤੁਰਾਂਗੇ। ਮੈਂ ਤਾਂ ਬਹੁਤੇ ਪ੍ਰਚਾਰਕ ਉਹ ਵੀ ਵੇਖੇ ਨੇ ਕਿ ਜਿਹੜੇ ਕਿਸੇ ਸਮੇਂ ਦੇ ਉੱਤੇ ਬਹੁਤ ਵਧੀਆ ਬੋਲਦੇ ਹੁੰਦੇ ਸੀਗੇ, ਗੁਰਮਤ ਦੀਆਂ ਗੱਲਾਂ ਬੜੀਆਂ ਖਰੀਆਂ ਖਰੀਆਂ ਕਰਦੇ ਹੁੰਦੇ ਸੀਗੇ, ਲੋਕਾਂ ਨੂੰ ਸੱਚ ਦੱਸਦੇ ਸੀਗੇ। ਕਿਉਂ? ਕਿਉਂਕਿ ਉਸ ਸਮੇਂ ਉਹਨਾਂ ਦੇ ਕੋਲ ਬਹੁਤੀ ਸ਼ੌਹਰਤ ਨਹੀਂ ਸੀ, ਬਹੁਤਾ ਧਨ ਨਹੀਂ ਸੀਗਾ, ਅਤੇ ਸੱਚ ਬੋਲਦੇ ਸੀਗੇ। ਹੁਣ ਧਨ ਆ ਗਿਆ, ਵਡਿਆਈ ਮਿਲਣ ਲੱਗ ਪਈ ਲੋਕਾਂ ਦੇ ਕੋਲੋਂ, ਅਤੇ ਅੱਜ ਸੱਚ ਬੋਲਣਾ ਜਿਹੜਾ ਹੈ ਉਹ ਬੰਦ ਕਰ ਦਿੱਤਾ ਹੈ। ਪਹਿਲਾਂ ਲੋਕ ਉਹਨਾਂ ਦੀ ਵਾਹ ਵਾਹ ਕਰਦੇ ਹੁੰਦੇ ਸੀਗੇ, ਅਤੇ ਅੱਜ ਲੋਕ ਉਹਨਾਂ ਨੂੰ ਗਾਲਾਂ ਕੱਢਦੇ ਨੇ, ਉਹਨਾਂ ਨੂੰ ਕਹਿੰਦੇ ਨੇ ਕਿ ਇਹ ਤਾਂ ਹੁਣ ਮਿਲਗੋਬਾ ਜੇ ਹੋ ਗਏ ਨੇ, ਇਹ ਤਾਂ ਬਾਬਿਆਂ ਵਾਲੇ ਪਾਸੇ ਨੂੰ ਤੁਰ ਪਏ ਨੇ, ਠੀਕ ਹੈ ਨਾ। ਮਤਲਬ ਹੁਣ ਉਹਨਾਂ ਦੀ ਵਡਿਆਈ ਨਹੀਂ ਹੋ ਰਹੀ। ਕਿਉਂ? ਕਿਉਂਕਿ ਕੰਫਰਟ ਜ਼ੋਨ ਦੇ ਵਿੱਚ ਚਲੇ ਗਏ। ਇਸ ਕਰਕੇ ਸਾਨੂੰ ਚਾਹੀਦਾ ਹੈ ਅਸੀਂ ਕੰਫਰਟ ਜ਼ੋਨ ਦੇ ਵਿੱਚ ਨਾ ਜਾਈਏ। ਕੰਫਰਟ ਜ਼ੋਨ ਦੇ ਵਿੱਚ ਬੰਦਾ ਹਮੇਸ਼ਾ ਨਿਵਾਨਤਾ ਵਾਲੇ ਪਾਸੇ ਨੂੰ ਜਾਂਦਾ ਹੈ, ਪਰ ਜਦੋਂ ਕੰਫਰਟ ਜ਼ੋਨ ਨੂੰ ਛੱਡ ਦਿੰਦਾ ਹੈ, ਉਦੋਂ ਬੰਦਾ ਹਮੇਸ਼ਾ ਚੜ੍ਹਾਈ ਵਾਲੇ ਪਾਸੇ ਨੂੰ ਜਾਂਦਾ ਹੈ। ਲਾਈਫ ਬਿਗਿਨਸ, ਤੁਹਾਡੀ ਲਾਈਫ, ਤੁਹਾਡੀ ਜ਼ਿੰਦਗੀ ਸ਼ੁਰੂ ਪਤਾ ਕਿੱਥੋਂ ਦੀ ਹੁੰਦੀ ਹੈ? ਐਟ ਦ ਐਂਡ ਆਫ ਆਰ ਕੰਫਰਟ ਜ਼ੋਨ। ਜਦੋਂ ਅਸੀਂ ਆਪਣੇ ਕੰਫਰਟ ਜ਼ੋਨ ਨੂੰ ਛੱਡ ਦਿੰਦੇ ਹਾਂ ਨਾ, ਸਾਡੀ ਜ਼ਿੰਦਗੀ ਅਸਲ ਦੇ ਵਿੱਚ ਸ਼ੁਰੂ ਹੀ ਉੱਥੋਂ ਹੁੰਦੀ ਹੈ। ਜਦੋਂ ਤੱਕ ਅਸੀਂ ਕੰਫਰਟ ਜ਼ੋਨ ਦੇ ਵਿੱਚ ਹੈਗੇ ਹਾਂ, ਤਦ ਤੱਕ ਸਾਡੀ ਕੋਈ ਜ਼ਿੰਦਗੀ ਨਹੀਂ ਹੈ। ਇੰਝ ਸਮਝ ਲਓ ਕਿ ਨਰਕ ਵਾਲੀ ਜ਼ਿੰਦਗੀ ਜੀ ਰਹੇ ਹਾਂ। ਠੀਕ ਹੈ, ਬੈਠੇ ਹੋਏ ਹਾਂ, ਚੌੜੇ ਹੋ ਕੇ ਫੈਲ ਕੇ ਬੈਠੇ ਹੋਏ ਹਾਂ, ਬੜੇ ਆਰਾਮ ਨਾਲ ਬੈਠੇ ਹੋਏ ਹਾਂ, ਕਿਸੇ ਚੀਜ਼ ਦੀ ਪਰਵਾਹ ਨਹੀਂ ਹੈ, ਪਰ ਉਹ ਜ਼ਿੰਦਗੀ ਜਿਹੜੀ ਹੈ ਨਾ, ਉਹ ਆਪਣੇ ਆਪ ਦੇ ਵਿੱਚ ਬੜੀ ਭੈੜੀ ਜੀ ਹੈ, ਕਿਉਂਕਿ ਸਾਹਮਣੇ ਕੋਈ ਚੁਣੌਤੀ ਨਹੀਂ ਹੈਗੀ। ਜਦੋਂ ਰਿਸਕ ਲੈਂਦੇ ਹਾਂ, ਉਦੋਂ ਨਿੱਤ ਨਵਾਂ ਕੁਝ ਨਾ ਕੁਝ ਸਿੱਖਦੇ ਜਾਂਦੇ ਹਾਂ, ਨਵਾਂ ਕੁਝ ਨਾ ਕੁਝ ਸਾਨੂੰ ਪ੍ਰਾਪਤ ਹੁੰਦਾ ਜਾਂਦਾ ਹੈ। ਇਸ ਕਰਕੇ ਆਓ ਰਿਸਕ ਲੈਣ ਵਾਲੇ ਪਾਸੇ ਨੂੰ ਤੁਰੀਏ, ਰਿਸਕ ਲਵਾਂਗੇ, ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਜਾਵਾਂਗੇ। ਜੇ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੈ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੇ ਪਸੰਦ ਆਈ ਹੈ ਤਾਂ, ਜੇ ਪਸੰਦ ਨਹੀਂ ਆਈ
ਤਾਂ ਡਿਸਲਾਈਕ ਕਰਿਓ। ਜਿਨ੍ਹਾਂ ਵੀਰਾਂ ਭੈਣਾਂ ਨੇ ਹਜੇ ਤੱਕ ਮੇਰਾ ਯੂਟਿਊਬ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਿਓ, ਬੈੱਲ ਆਈਕਨ ਜ਼ਰੂਰ ਦਬਾ ਦਿਓ ਅਤੇ ਆਲ 'ਤੇ ਜ਼ਰੂਰ ਕਲਿੱਕ ਕਰਿਓ ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਕੀਤੀ ਜਾਵੇ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪੁੱਜ ਜਾਵੇ। ਧੰਨਵਾਦ।